ਅੱਜ ਮੈਨੂੰ ਲੱਗਦਾ ਵੀ 11 ਸਾਲ ਬਾਅਦ ਮਤਲਬ ਤੁਸੀਂ ਕਹਿੰਦੇ ਨਾ ਅੱਜ 11 ਸਾਲ ਹੋ ਗਏ ਯਾਰ ਨੂੰ ਕੀ ਚੇਂਜਸ ਲੱਗਦਾ ਤੁਸੀਂ ਤਾਂ ਹੁਣ ਬੰਬੇ ਤੋਂ ਵੀ ਪੰਜਾਬੀ ਸਿਨੇਮੇ ਨੂੰ ਦੇਖਦੇ ਹੋਗੇ ਵੀ ਉੱਥੇ ਦੀ ਆਡੀਅੰਸ ਕਿੱਦਾਂ ਰਿਐਕਟ ਕਰਦੀ ਹੈ ਪੰਜਾਬੀ ਸਿਨੇਮਾ ਕਿੱਥੇ ਤੱਕ ਪਹੁੰਚ ਗਿਆ ਆਈ ਥਿੰਕ ਪੰਜਾਬੀ ਸਿਨੇਮਾ ਜਿਹੜੀ ਐਜ਼ ਆਫ ਨਾਓ ਇਟਸ ਸਟੈਂਡਿੰਗ ਔਨ ਅ ਵੈਰੀ ਗੁੱਡ ਪੋਜੀਸ਼ਨ ਤੇ ਵਰਲਡ ਵਾਈਡ ਗਲੋਬਲੀ ਇਹਦੀ ਸਿਨੇਮਾ ਦੀ ਵੈਲਿਊ ਹੈਗੀ ਹੈ ਤੇ ਪੀਪਲ ਡਿਮਾਂਡ ਕਰਦੇ ਨੇ ਪੰਜਾਬੀ ਸਿਨੇਮਾ ਤੇ ਪੰਜਾਬੀ 뮤직 ਦੀ ਵੀ ਤੇ ਬਿਕੋਜ਼ ਮੈਂ myself I'm working on very good projects with OTTs like Z5 Disney Hotstar and Amazon so they want Punjabi cinema to come to them te globally jada oda reach hai ga na oh vade te I think that's a very good time for Punjabi and I genuinely want that people should make new movies jada yaran mulle aayi si te change hoya hai se cinema te main chahni hai hor bhi log experiment kare and they should work I think ek film aayi si Moh aayi si te I have read Sargun Mehta's Twitter oda hoya si ode I was going through that te I was also I think somehow I was relating to resonate with that what she was trying to say that Punjabi cinema try kar rahi hai to make something new for Punjabi films but jehde audience hai gi na unna nu bhi accept karna aana chahida ਉਹ ਵੀ ਜਗਦੀਪ ਸਿੱਧੂ ਜੀ ਨੇ ਵੀ ਇਹ ਗੱਲ ਲਿਖੀ ਸੀ ਬਟ ਮੇਰਾ ਪੁਆਇੰਟ ਆਫ ਵਿਊ ਇਹ ਆ ਵੀ ਜੇ ਆਪਾਂ ਅੱਛੀ ਚੀਜ਼ ਬਣਾ ਦਿੱਤੀ ਫੋਰ ਐਗਜ਼ਾਮਪਲ ਮੈਂ ਇੰਟਰਵਿਊ ਅੱਛੀ ਕਰ ਲਈ ਬਟ ਸ਼ਾਇਦ ਆਡੀਅੰਸ ਨੂੰ ਅੱਛੀ ਨਾ ਲੱਗੇ ਤੇ ਦੈਟਸ ਵਾਟ ਆਮ ਸੇਇੰਗ ਕਿ ਆਪਾਂ ਓਨਲੀ ਟਰਾਈ ਕਰ ਸਕਦੇ ਨੇ ਟਰਾਈ ਕਰ ਸਕਦੇ ਨੇ ਤੇ ਪੀਪਲ ਆਰ ਟਰਾਇੰਗ ਇੱਦਾਂ ਨਹੀਂ ਆਪਾਂ ਸਾਰੇ ਡਾਇਰੈਕਟਰਸ ਆਰ ਟਰਾਇੰਗ ਨਿਊ ਕਨਸੈਪਟਸ ਆਰ ਦੇਅਰ ਨਿਊ ਦੇ ਵਾਂਟ ਟੂ ਡੂ ਸਮਥਿੰਗ ਗੁੱਡ ਫੋਰ ਦਾ ਸਿਨੇਮਾ ਬਟ ਆਈ ਥਿੰਕ ਇਟਸ ਮੋਰ ਆਡੀਅੰਸ ਸ਼ੁੱਡ ਆਲਸੋ ਹੈਜ਼ ਟੂ ਯੂ ਨੋ ਐਕਸੈਪਟ ਇਟ ਸਮ ਹਾਓ ਬਿਕੋਜ਼ ਜਿਹੜਾ ਪੰਜਾਬੀਅਤ ਦੇ ਬਗੈਰ ਜਿਹੜੀ ਫਿਲਮਾਂ ਹੁੰਦੀਆਂ ਉਹ ਬੜੀ ਮੁਸ਼ਕਿਲ ਹੁੰਦੀ ਹੈ ਪੰਜਾਬੀ ਲੋਕ ਅਤੇ ਉਹ ਐਕਸੈਪਟ ਨਹੀਂ ਕਰਦੇ ਅਰੇ ਨਹੀਂ ਇੱਦਾਂ ਪੰਜਾਬੀਅਤ ਨਹੀਂ ਹੈਗੀ ਹੈ ਅਤੇ ਬਟ ਆਈ ਥਿੰਕ ਨਾਓ ਬਿਕੋਜ਼ OTTs ਆਰ ਦੇਅਰ ਆਫਟਰ ਲੋਕਡਾਊਨ ਲੋਟ ਆਫ ਪੀਪਲ ਹੈਜ਼ ਗੋਨ they have watched lot of global cinema also so all our Punjabis also now they want to watch more of their actually they are comparing now Punjabi cinema with the world cinema Korean cinema definitely that's what I'm saying ki globally it's happening so I think Punjabi di vi market jo jehdi hegi hai unna nu vi appa matlab that's our responsibility to do that because that's how it grows like ਤੁਸੀਂ ਦੇਖੋ ਸਾਊਥ ਦੀ ਜਿਹੜੀ ਸਿਨੇਮਾ ਹੈਗੀ ਹੈ ਨਾਓ ਪੀਪਲ ਹੈਵ ਗਲੋਬਲੀ ਐਕਸੈਪਟਡ ਵੈਦਰ ਇਟ ਤਾਮਿਲ ਤੇਲਗੂ ਡਜ਼ਨਟ ਮੈਟਰ ਲੈਂਗੁਏਜ ਇਜ਼ ਨਾਟ ਅ ਬੈਰੀਅਰ ਸੋ ਆਈ ਥਿੰਕ ਦ ਸੇਮ ਹੈਪਨਸ ਪੰਜਾਬੀ ਬਿਕੋਜ਼ ਪੰਜਾਬੀਜ਼ ਆਰ ਐਵਰੀਵੇਅਰ ਐਂਡ ਪੰਜਾਬੀ ਸੋ ਈਜ਼ੀ ਟੂ ਅੰਡਰਸਟੈਂਡ ਤੋ ਲੈਂਗੁਏਜ ਇਜ਼ ਨਾਟ ਅ ਬੈਰੀਅਰ ਪੰਜਾਬੀ ਤਾਂ ਬੱਚੇ ਦੇ ਮੂੰਹ ਕੇ ਹੈ ਬਿਕੋਜ਼ ਆਫ ਮਿਊਜ਼ਿਕ ਬਿਕੋਜ਼ ਆਫ ਦ ਮਿਊਜ਼ਿਕ ਜਿਹੜੇ ਆਪਣੇ ਜਿਹੜੇ ਵੀ ਪੰਜਾਬੀ ਦੇ ਮਿਊਜ਼ਿਕ ਹੈਗੇ ਨੇ all Bollywood cinema also have the Punjabi music in it so I think I genuinely want ki Punjabi cinema to grow and people should make more films and they should try more of artists also so this is all my point of view what you were saying tusi mainu keh rahe si ki edda na hoya tuhanu koi chance mileya te tusi kitta ni mainu genuinely koi edda chance nahi mileya is Punjabi cinema jehda tuhanu pasand aaya hove tusi jinu okay kar sake ਹਾਂਜੀ ਦੈਟ ਵਾਜ਼ ਵੈਰੀ ਰਨ ਆਫ ਦ ਮਿਲ ਕੈਰੈਕਟਰ ਆਵਰ ਗੈਟਿੰਗ ਵੈਰੀ ਸਿੰਮੀ ਸਟਾਈਲ ਆਫਟਰ ਯਾਰਨ ਮੁੱਲੇ ਵੈਰੀ ਸਿੰਮੀ ਅਤੇ ਤਿੰਨ ਕੁੜੀਆਂ ਅਤੇ ਤਿੰਨ ਮੁੰਡੇ ਤੁਸੀਂ ਕਰਨਾ ਹੈ ਤਾਂ ਆਈ ਸੈਡ ਨਹੀਂ ਆਈ ਡੋਂਟ ਵਾਂਟ ਟੂ ਡੂ ਆਈ ਡੋਂਟ ਵਾਂਟ ਟੂ ਰਿਪੀਟ ਦ ਸੇਮ ਥਿੰਗ ਹੈ ਨਾ ਮੇਰਾ ਕੰਮ ਹੈਗਾ ਐਜ਼ ਐਨ ਆਰਟਿਸਟ ਟੂ ਵਰਕ ਔਨ ਮੋਰ ਆਫ ਕੈਰੈਕਟਰਸ ਅਦਰਵਾਈਜ਼ ਦੇਰ ਇਜ਼ ਨੋ ਪੁਆਇੰਟ ਮੀ ਵਰਕਿੰਗ ਐਜ਼ ਐਨ ਆਰਟਿਸਟ ਸੋ ਆਈ ਜੈਨੂਨਲੀ ਵਾਂਟ ਕਿ ਡਾਇਰੈਕਟਰਸ ਨੂੰ ਵੀ ਅਤੇ ਪੰਜਾਬੀ ਸਿਨੇਮਾ ਜਿਹੜੇ ਬਣਾਉਂਦੇ ਹੁੰਦੇ ਉਹਨਾਂ ਨੂੰ ਵੀ ਡਿਫਰੈਂਟ ਆਰਟਿਸਟ ਟਰਾਈ ਕਰਨੇ ਚਾਹੀਦੇ ਦੇ ਸ਼ੁੱਡ ਨਾਟ ਸਟਿਕ ਟੂ one kind of one people kind of theme, one kind of actor one kind of actress they should know that this girl or this actor has that capability okay aisa you know foundation nahi honi chahiye this is what I feel there should be no foundation for an artist main te tamil film bhi kiti hai telugu film bhi kiti hai punjabi te ਮੈਂ ਕਰੀ ਹੈਗੀ ਨੇ ਤਾਂ ਆਈ ਐਮ ਵੈਰੀ ਓਪਨ ਟੂ ਔਰ ਕਾਇੰਡ ਆਫ ਮੈਨੂੰ ਅਗਰ ਇੰਗਲਿਸ਼ ਫਿਲਮ ਵੀ ਮਿਲ ਗਈ ਉਹ ਵੀ ਕਰ ਲਾਂਗੀ